ਸਤਿ ਸ੍ਰੀ ਅਕਾਲ ਮਾਨ ਸਾਹਿਬ ਮੁੰਡਾ ਸਿਰਫ ਹੈਂਜੀ ਉਹ ਅੱਛਾ ਮਤਲਬ ਉਹ ਮੁੰਡੇ ਵਾਲਿਆਂ ਨੇ ਇਹ ਅੱਟੀ ਸੱਟੀ ਲਾ ਲਈ ਵੀ ਖਰਚਾ ਅਸੀਂ ਕਰਦੇ ਹਾਂ ਪੜ੍ਹਾਈ ਕੁੜੀ ਜਾ ਕੇ ਕਰੇ ਉੱਥੇ ਇਮੀਗ੍ਰੇਸ਼ਨ ਲਵੇ ਤੇ ਮੁੰਡੇ ਨੂੰ ਸੱਦ ਲਵੇ ਆਈ 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 ਤੇ ਮੈਂ ਪ੍ਰੋਗਰਾਮ ਦੱਸਿਆ ਸੀ ਪਹਿਲਾਂ ਕਿ ਇਹ ਪੰਜਾਬ ਦਾ ਇੱਕ ਟ੍ਰੈਂਡ ਹੈ ਕਿ ਬਈ ਰਿਸ਼ਤਾ ਕਰ ਲਿਆ ਰਿਸ਼ਤੇ ਦੇ ਬਹਾਨੇ ਕੁੜੀ ਮਤਲਬ ਵੀਜ਼ਾ ਲਏਗੀ ਉੱਥੇ ਸਟੂਡੈਂਟ ਵੀਜ਼ਾ ਤੇ ਨਾਲ ਆਪਣੇ ਹਸਬੈਂਡ ਲੈ ਜਾਏਗੀ ਇਹੀ ਤੇ ਇੱਕ ਗੇਮ ਹੈ ਸਾਰੀ ਪੰਜਾਬ ਦੀ ਸੋ ਐਨੀਵੇ ਹੰਡਰਡ ਪਰਸੈਂਟ ਇਹਨਾਂ ਦਾ ਇੰਟਰਵਿਊ ਆਏਗਾ ਵਿਆਹ ਤੇ ਹੋ ਗਿਆ ਫੋਟੋਆਂ ਵੀ ਖਿਚਵਾ ਲਈ ਜੀ ਆਨੰਦ ਕਾਰਜ ਵੀ ਦਿਖਾ ਲਿਆ ਜੀ ਸਭ ਕੁਛ ਦਿਖਾ ਲਿਆ ਜੀ ਬੈਂਕ ਬੈਲੈਂਸ ਵੀ ਦਿਖਾ ਲਿਆ ਜੀ ਇੱਕ ਦੂਜੇ ਹਾਂ ਇੱਕ ਦੂਜੇ ਨੂੰ ਚੈਟਿੰਗ ਕਰਕੇ ਲਵ ਯੂ ਵੀ ਦਿਖਾ ਲਿਆ ਸਭ ਦਿਖਾ ਲਿਆ ਲੇਕਿਨ ਜਦ ਵਾਈਫ ਨੂੰ ਹਾਂਜੀ ਚਲੋ ਬਾਕੀ ਬਾਕੀ ਇਹ ਥੋੜੇ ਥੋੜਾ ਜਿਹਾ ਭੁਲੇਖਾ ਇਹ ਮੈਂ ਗੱਲ ਨੀ ਕਰਿਆ ਕਿ ਨਕਲੀ ਵਿਆਹ ਹੈ ਵਿਆਹ ਭਾਵੇਂ ਤੁਸੀਂ ਅਸਲੀ ਕਰੋ ਜੋ ਮਰਜ਼ੀ ਕਰੋ ਦਾਵਤਾਂ ਕਰੋ ਪਾਰਟੀਆਂ ਕਰੋ ਵਿਆਹ ਤੇ ਅਸਲੀ ਹੈ ਲੇਕਿਨ ਵਿਆਹ ਦੀ ਜਿਹੜੀ ਨੀਅਤ ਹੈ ਨੀਅਤ ਕਾਹਦੇ ਲਈ ਵਿਆਹ ਕੀਤਾ ਉਹ ਫਿਰ ਵੀਜ਼ਾ ਅਫਸਰ ਬਿਲਕੁਲ ਪੈਣੀ ਨਿਗਾਹ ਨਾਲ ਦੇਖ ਰਿਹਾ ਵਿਆਹ ਦਾ ਜਿਹੜਾ ਮਕਸਦ ਕੀ ਹੈ ਮਕਸਦ ਹੈ ਕੈਨੇਡਾ ਦੀ ਫਲਾਈਟ ਦੈਟ ਇਜ਼ ਦ ਪ੍ਰੋਬਲਮ ਬਾ ਬਾ ਬਹੁਤ ਹੈ ਉਹ ਲੜਕੀ ਜਿਹੜੀ ਆ ਉੱਥੇ ਕਿੰਨਾ ਕੁ ਪੜ੍ਹੀ ਆ ਉਹ ਪਹਿਲਾਂ ਤੇ ਮੁੰਡਾ ਸਿਰਫ 10 ਪੜ੍ਹਿਆ ਇਹ ਇਹ ਪ੍ਰੋਬਲਮ ਇਹ ਰੈੱਡ ਫਲੈਗ ਖੜਾ ਕਰ ਸਕਦਾ ਉੱਥੇ ਦੂਸਰਾ ਰੈੱਡ ਫਲੈਗ ਇੱਕ ਹੋਰ ਹੈ ਦੂਸਰਾ ਰੈੱਡ ਫਲੈਗ ਵੀ ਤੁਹਾਨੂੰ ਦੱਸਿਆ ਕਿਹੜਾ ਮੈਂ ਹੋਰ ਵੀ ਬੜੇ ਰੈੱਡ ਫਲੈਗ ਦੇਖ ਰਿਹਾ ਤੇ ਦੂਸਰਾ ਰੈੱਡ ਫਲੈਗ ਇਹ ਵੀ ਹੈ ਕਿ ਮੈਰਿਜ ਤੇ ਕਿੰਨੀ ਦੇਰ ਬਾਅਦ ਮੈਰਿਜ ਅੱਜ ਹੋਈ ਹੈ ਤੇ ਮੈਰਿਜ ਦੇ ਕਿੰਨੀ ਦੇਰ ਬਾਅਦ ਤੁਸੀਂ ਐਡਮਿਸ਼ਨ ਕਾਲਜ ਲਿਆ ਕਿੰਨੀ ਦੇਰ ਬਾਅਦ ਤੁਸੀਂ ਫਾਈਲ ਲਾਈ ਜੇ ਅਗਰ ਸਾਲ ਮਗਰੋਂ ਲਾ ਰਹੇ ਹੋ ਤਦ ਕੁਛ ਨਹੀਂ ਹੈ ਜੇਕਰ ਤੁਸੀਂ ਇੱਕ ਮਹੀਨੇ ਬਾਅਦ ਅੱਜ ਮੈਰਿਜ ਹੋਈ ਚੱਲ ਪਈ ਇੱਕ ਮਹੀਨੇ ਬਾਅਦ ਚੱਲ ਪਈ ਫਾਈਲ ਵੀਜ਼ਾ ਫਿਰ ਤੇ ਵੀਜ਼ਾ ਆਫਸਰ ਨੂੰ ਪਤਾ ਹੀ ਹੈ ਕਿ ਵੀ ਤੁਸੀਂ ਤਿਆਰੀ ਇਹਦੇ ਕਰਕੇ ਕੀਤੀ ਹੈ ਫਿਰ ਤੇ ਹੋਰ ਰੈੱਡ ਫਲੈਗ ਆ ਗਏ ਜੇਕਰ ਹਸਬੈਂਡ ਵਾਈਫ ਦਾ ਅਗਰ ਜੇ ਇਕੱਠੇ ਰਹਿਣਾ ਨਹੀਂ ਹੈ ਇਕੱਠੇ ਮਤਲਬ ਜਿਹਨੂੰ ਕੋਹੈਬਿਟੇਸ਼ਨ ਕਹਿੰਦੇ ਜੇਕਰ ਉਹ ਇਕੱਠੇ ਨਹੀਂ ਰਹੇ ਮਿਨੀਮਮ ਮੈਂ ਸਮਝਦਾ ਇੱਕ ਸਾਲ ਤੱਕ ਅਗਰ ਮਿਨੀਮਮ ਇਕੱਠੇ ਨਹੀਂ ਰਹੇ ਤੇ ਫਿਰ ਰੈਡੀ ਰੈੱਡ ਫਲੈਗ ਹੈ ਹਰ ਜਗ੍ਹਾ ਮਸ਼ਵਰਾ ਦਿਓ ਕੁਛ ਹਾਂ ਬਾਅਦ ਦੇ ਵਿੱਚ ਉਹਨੂੰ ਮੁੰਡੇ ਨੂੰ ਵੀਜ਼ਾ ਨਹੀਂ ਮਿਲਦਾ ਫਿਰ ਵਿਆਹ ਦਾ ਕੀ ਬਣੂਗਾ ਫਿਰ ਕੁੜੀ ਆਏਗੀ ਇੱਥੇ ਇੱਕ ਸਾਲ ਦੋ ਸਾਲ ਪੜ੍ਹੇਗੀ ਫਿਰ ਉਹ ਪਰਮਿਟ ਲਏਗੀ ਫਿਰ ਉਹ ਪੱਕੀ ਹੋਏਗੀ ਮਤਲਬ 5-6 ਸਾਲ ਦਾ ਉਹ ਤਪੱਸਿਆ ਹੈ ਫਿਰ ਉਹਨੇ ਮੁੰਡੇ ਨੂੰ ਪੁੱਛ ਲਓ ਕਿ ਵੀ ਆਰ ਯੂ ਰੈਡੀ ਖਰਚਾ ਤੇ ਅੱਛਾ ਕਈ ਵਾਰ ਮੈਂ ਸੰਗਤ ਸਾਹਿਬ ਇਹ ਵੀ ਤੁਹਾਨੂੰ ਇਸ ਬਾਰੇ ਮੈਂ ਮੈਂਸ਼ਨ ਕੀਤਾ ਕਈ ਵਾਰ ਜਿਹੜਾ ਪੰਜਾਬ ਤੋਂ ਅਰੇਂਜਮੈਂਟ ਕਰਕੇ ਆਏ ਨਾ ਕਿ ਵੀ ਅਸੀਂ ਤੁਹਾਡਾ ਖਰਚਾ ਕਰਾਂਗੇ ਫਲਾ ਕਰਾਂਗੇ ਕੁੜੀ ਇੱਥੇ ਆਈ ਉਹ ਕੁੜੀ ਦਾ ਦਿਮਾਗ ਚੇਂਜ ਹੋ ਗਿਆ ਫਿਰ ਹਾਂ ਹਾਂਜੀ ਹਾਂ ਹਾਂ ਨਹੀਂ ਪਤਾ ਨੀ ਮਤਲਬ ਇਹ ਸਾਰੀ ਗੱਲਾਂ ਦੋਨੋਂ ਪਾਰਟੀਆਂ ਨੂੰ ਵਿਚਾਰਨੀ ਚਾਹੀਦੀ ਪ੍ਰੋਪਰ ਕਿ ਵੀ ਅਗਰ ਜੇ ਨਹੀਂ ਹੋਇਆ ਤੇ ਦੈਨ ਵਾਟ ਹਾਂ ਇੱਥੇ ਆ ਕੇ ਕੀ ਹੋਇਆ ਉਹ ਜਿਹੜੀ ਕੁੜੀ ਇੱਥੇ ਆ ਗਈ ਤੇ ਆ ਕੇ ਉਹਦਾ ਮੂਡ ਚੇਂਜ ਹੋ ਗਿਆ ਮੇਰੇ ਕੋਲ ਉਹਨੇ ਦੇਖਿਆ ਸਰ ਵੀਜ਼ਾ ਇੱਕ ਵਾਰ ਨਹੀਂ ਲੱਗਿਆ ਉਹਨੂੰ ਲੱਗਿਆ ਕਿ ਸ਼ਾਇਦ ਮਿਸਮੈਚ ਹੈ ਐਜੂਕੇਸ਼ਨ ਬੈਕਗਰਾਉਂਡ ਦਾ ਮਿਸਮੈਚ ਹੈ ਜੀ ਇੱਥੇ ਉਹਨੂੰ ਸ਼ਾਇਦ ਕੋਈ ਹੋਰ ਕੋਈ ਨਿਆ ਕੋਈ ਆਸ਼ਿਕ ਮਿਲ ਗਿਆ ਸਰ ਵਿਚ ਆਈ ਡੂ ਨਾਟ ਨੋ ਵਟ ਹੈਪਨ ਪਰ ਉਹ ਕੁੜੀ ਮੁਕਰ ਗਈ ਉਹਨੇ ਕਿਹਾ ਕਿ ਅਸੀਂ ਤੁਹਾਨੂੰ ਸਪੋਂਸਰ ਨਹੀਂ ਕਰਨਾ ਉਹ ਜਿਹੜੇ ਪੈਸਾ ਲਾਇਆ ਸੀ ਜਿਹੜਾ ਸਟੂਡੈਂਟ ਫੀਸ ਵਾਲਾ 15-20 ਲੱਖ ਰੁਪਏ ਲਗਾਏ ਤੇ ਸਾਰੇ ਡੁੱਬ ਗਏ ਜ਼ੀਰੋ ਹੋ ਗਿਆ ਸੋ ਦਿਸ ਇਜ਼ ਆਲਸੋ ਪੋਸਿਬਿਲਿਟੀ ਇਸ ਕਰਕੇ ਬੜਾ ਬੜਾ ਸੋਚ ਸਮਝ ਕੇ ਜਿਹੜਾ ਸਾਵਧਾਨੀ ਲਾ ਜਿਹੜਾ ਕਦਮ ਬੜਾਓ ਜਰਾ ਤੁਸੀਂ
ਨਹੀਂ ਇਹ ਨਵਾਂ ਨਹੀਂ ਜੀ, ਹੁਣ ਇਹ ਸਟੂਡੈਂਟਾਂ ਲਈ ਇਹ ਬਣਿਆ ਹੈ, ਪਰ ਉੱਥੇ ਜਿਹੜੇ ਲੋਕ ਹੈ ਨਾ ਉਹ ਦੇਖਦੇ ਵੀ ਮੁੰਡਾ ਘੱਟ ਪੜਿਆ, ਇਹਦੇ ਤੋਂ ਅੰਗਰੇਜ਼ੀ ਦੇ ਬੈਂਡ ਨਹੀਂ ਪੂਰੇ ਕਰ ਹੋਣੇ, ਇਸ ਕਰਕੇ ਉਹ ਕਹਿੰਦੇ ਵੀ ਚੰਗਾ ਕੁੜੀ ਦੱਬੋ ਇੱਦਾਂ ਦੀ ਜਿਹੜੀ ਕੁੜੀ ਜਾ ਕੇ ਉੱਥੇ ਪੜ੍ਹਾਈ ਲਿਖਾਈ ਕਰੇ ਤੇ ਪੈਸੇ ਅਸੀਂ ਲਾ ਦਿਆਂਗੇ। ਇਹ 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 ਕੰਮ ਕਰ ਲੋਕਾਂ ਨੇ ਸਕੀਮਾਂ ਘੜੀਆਂ, ਕੋਈ ਜਿਹੜੇ ਏਜੰਟ ਹੈ ਜੀ ਉਹ ਦੱਸੀ ਜਾਂਦੇ ਇੱਦਾਂ ਦੀਆਂ ਗੱਲਾਂ ਉੱਥੇ। ਅੱਛਾ ਤੁਸੀਂ ਕੀ ਸੋਚ ਨਹੀਂ ਤੁ ਹਾਂ ਨਹੀਂ ਨਹੀਂ ਹੈਰਾਨ ਹੋਣਗੇ, ਦੇਖੋ ਇਹ ਸਾਰੇ ਜਿਹੜੇ ਵੀਜ਼ਾ ਆਫਿਸਰ ਬੈਠੇ ਆ ਜਿਹੜੇ ਦਿੱਲੀ ਜਾਂ ਚੰਡੀਗੜ੍ਹ ਬੈਠੇ, ਉਹਨਾਂ ਨੂੰ ਪਤਾ ਨੀ ਸਾਰਾ, ਅਖਬਾਰਾਂ 'ਚ ਤੁਹਾਡੀ ਐਡ ਆ ਰਹੀ ਹੈ, ਅਖਬਾਰਾਂ 'ਚ ਆਰਟੀਕਲ ਆ ਰਹੇ ਆ, ਅਖਬਾਰ ਟੀਵੀ ਤੇ ਐਡ ਐਡ ਚੱਲ ਰਹੀ ਕਿ ਵੀ ਸਟੂਡੈਂਟ ਬੇਸ ਤੇ ਆਓ, ਸਟੂਡੈਂਟ ਬੇਸ ਤੇ ਕਰੋ ਜੀ ਸਟੂਡੈਂਟ, ਉਹਨਾਂ ਨੂੰ ਪਤਾ ਹੈ ਸਾਰਾ। ਉਹ ਏਜੰਟਾਂ ਲਈ ਕੋਈ ਗੱਲ ਨੀ, ਉਹ ਅਗਲੇ ਆਪਣੀ ਜੇਬ 'ਚ ਪੈਸੇ ਪਾਏ ਤੇ ਪਾ ਚੁੱਕੇ। ਹਾਂਜੀ ਹਾਂਜੀ, ਸੋ ਮਿਹਰਬਾਨੀ ਮਾਨ ਸਾਹਿਬ, ਥੈਂਕ ਯੂ ਥੈਂਕ ਯੂ। ਠੀਕ ਆ, ਨਹੀਂ ਦੇਖੋ ਉਹਨਾਂ ਨੇ ਗੱਲ ਉਹ ਸਪਸ਼ਟ ਹੀ ਦੱਸ ਦਿੱਤੀ ਆ ਕਿ ਆ ਏਦਾਂ ਕਹਾਣੀ ਆ, ਪਰ ਮਤਲਬ ਹੁਣ ਲੋਕੀ ਦੇਖੋ ਫਿਰ ਇਹਦੇ 'ਚ ਕੱਲ ਨੂੰ ਏਜੰਟ ਜਿਹੜਾ ਪੈਸੇ ਬਣਾ ਕੇ ਫੇਰ ਲੋਟ ਉੱਥੇ ਰੌਲਾ ਪਾਉਣਾ ਹੀ, ਦੇਖੋ ਕੁੜੀ ਏਦਾਂ ਕਰ ਗਈ, ਕੁੜੀ ਛੱਡ ਗਈ ਜਾਂ ਕੀ ਕਹਿੰਦੇ ਏਜੰਟ ਇੰਨੇ ਪੈਸੇ ਲੈ ਗਿਆ, ਇਹ ਪਤਾ ਹੁੰਦਿਆਂ ਹੋਇਆ ਸਾਰਿਆਂ ਨੂੰ। ਰੋਜ਼ ਦਾ ਕੰਮ ਹੈ, ਰੋਜ਼ ਦੇ 100-100 ਕੇਸ ਉਹ ਲੰਘਾ ਰਿਹਾ, ਦੇਖ ਰਿਹਾ ਰੋਜ਼ ਦਾ, ਰੋਜ਼ ਦਾ ਕੰਮ ਹੈ। ਡੋਂਟ ਯੂ ਥਿੰਕ ਕਿ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਕਿ ਵਾਟ ਇਜ਼ ਗੋਇੰਗ ਔਨ ਹੇਅਰ, ਦੇ ਸੀ ਦਾ ਬੈਕਗ੍ਰਾਉਂਡ ਆਫ ਗਰਲ, ਦੇ ਸੀ ਦਾ ਬੈਕਗ੍ਰਾਉਂਡ ਆਫ ਬੋਏ, ਉਹਨਾਂ ਨੂੰ ਪਤਾ ਹੈ ਕਿ ਦੇਰ ਇਜ਼ ਅ ਮਿਸਮੈਚ, ਸੌਰੀ ਰਿਜੈਕਟ ਕਰ ਲਓ, ਤੁਸੀਂ ਕੀ ਕਰ ਲੋਗੇ ਹੁਣ। ਦੋਸਤੋ ਸਾਡੇ ਕੋਲ ਥੋੜੇ ਮਿੰਟ ਹੋਰ ਬਾਕੀ ਨੇ, ਤੁਸੀਂ ਫੋਨ ਕਰ ਸਕਦੇ ਹੋ 780-435-27। ਬਟ ਤੁਸੀਂ ਇੱਕ ਗੱਲ ਕਰ ਰਹੇ ਸੀਗੇ, ਕਿਸੇ ਬੱਚੇ ਦੀ ਗੱਲ ਕਰ ਰਹੇ ਸੀਗੇ ਵੀ ਜਿਹੜਾ, ਕਰੈਕਟ ਕਰੈਕਟ, ਮੈਂ ਉਸ ਕੇਸ ਮੈਂ ਉਸ ਕੇਸ ਨੂੰ ਥੋੜਾ ਤੁਹਾਡੇ ਨਾਲ ਵੀ ਸ਼ੇਅਰ ਕਰਨਾ, ਇਹ ਫੇਸਬੁੱਕ ਤੇ ਸਾਰੀ ਦੁਨੀਆ ਸੁਣ ਰਹੀ, ਰੇਡੀਓ ਵਾਲੇ ਵੀ ਸੁਣ ਰਹੇ। ਅੱਜ ਮੈਨੂੰ ਕਿਸੇ ਨੇ ਫੋਨ ਕੀਤਾ, ਇੱਕ ਪਤਾ ਨਹੀਂ ਕਿਸੇ ਕੇਸ ਕੰਟਰੀ ਦੀ ਸੀ, ਉਹ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਆਪਣੇ ਸਟੈਪ ਬੱਚੇ ਨੂੰ, ਸਟੈਪ ਚਾਈਲਡ ਨੂੰ ਸਪੋਂਸਰ ਕੀਤਾ। ਦੈਟ ਮੀਨਸ ਆਪਾਂ ਥੋੜਾ ਜਿਹਾ ਦੱਸੀਏ ਕਿ ਵੀ ਉਹ ਆਪ ਸਿਟੀਜ਼ਨ ਹੈ, ਉਹਨੇ ਹਸਬੈਂਡ ਨੂੰ ਸਪੋਂਸਰ ਕਰਕੇ ਮੰਗਾਇਆ ਕਿਸੇ ਦੂਸਰੀ ਕੰਟਰੀ ਤੋਂ, ਇੰਡੀਆ ਤੋਂ ਨਹੀਂ ਕਿਸੇ ਹੋਰ ਕੰਟਰੀ ਦੀ ਗੱਲ ਕਰ ਰਹੇ। ਉਹ ਹਸਬੈਂਡ ਇੱਥੇ PR ਹੋ ਕੇ ਆ ਗਿਆ, ਹਸਬੈਂਡ ਨੇ ਇੱਥੇ ਆਉਣ ਦੇ ਬਾਅਦ PR ਦੇ ਬਾਅਦ ਇੱਥੇ ਉਹਨਾਂ ਨੂੰ ਦੱਸਿਆ ਕਿ ਮੇਰਾ ਇੱਕ ਬੱਚਾ ਹੋਰ ਹੈ ਜਿਹੜੀ ਪਹਿਲੀ ਮੈਰਿਜ ਤੋਂ, ਐਂਡ ਬਾਏ ਦ ਵੇ ਸਰਪ੍ਰਾਈਜ਼ਿੰਗ ਸਰਪ੍ਰਾਈਜ਼ਿੰਗ ਕਿ ਉਹ ਬੱਚਾ ਆਲਰੇਡੀ ਇੱਥੇ ਆਇਆ ਹੋਇਆ ਹੈ, ਵੈਨਕੂਵਰ ਬੈਠਾ ਹੋਇਆ, ਉਹ ਇਲੀਗਲ ਆਇਆ ਹੋਇਆ ਪਿਛਲੇ 5-6 ਸਾਲ ਤੋਂ। ਔਰਤ ਨੂੰ ਹੁਣ ਦੱਸਿਆ ਕਿ ਮੇਰਾ ਇੱਕ ਬੱਚਾ ਹੋਰ ਹੈ ਪਹਿਲੀ ਮੈਰਿਜ ਤੋਂ, ਤੇ ਉਹ ਬੱਚਾ ਹੀ ਇਜ਼ ਆਲਰੇਡੀ ਇਨ ਕੈਨੇਡਾ, ਤੇ ਚਲੋ ਜੋ ਵੀ ਆਸ ਪਾਸ ਹੋਇਆ ਗਾ ਉਹ ਕਿਸੇ ਲੋਅਰ ਕੋਲ ਗਈ ਹੈ, ਜੋ ਵੀ ਉਹਨਾਂ ਨੇ ਸਪੋਂਸਰਸ਼ਿਪ ਐਪਲੀਕੇਸ਼ਨ ਪਾ ਦਿੱਤੀ ਬੱਚੇ ਦੀ, ਕਿ ਚਲੋ ਜੀ ਬੱਚੇ ਨੂੰ PR ਕਰਦੇ ਹਾਂ, ਕੋਈ ਗੱਲ ਨੀ ਬੱਚਾ ਹੈ ਤੇ ਕੋਈ ਗੱਲ ਨੀ ਕਰਦੇ। ਹੁਣ ਅੱਗੇ ਹੁਣ ਚਿੱਠੀ ਆ ਗਈ ਕਿ ਇਮੀਗ੍ਰੇਸ਼ਨ ਦੀ ਕਿ ਵੀ ਇਹਦੇ ਫਿੰਗਰਪ੍ਰਿੰਟ ਕਰਾ ਕੇ ਦਿਓ, ਬੱਚੇ ਦੇ ਫਿੰਗਰਪ੍ਰਿੰਟ ਹੋਣਗੇ, ਫਿੰਗਰਪ੍ਰਿੰਟ ਕਰਾ ਕੇ ਦਿਓ, ਕਿਉਂਕਿ ਬੱਚਾ ਮੇ ਬੀ ਇਸ ਮੋਰ ਦੈਨ 18 ਈਅਰਸ, 18-19 ਹੋਏਗਾ ਸ਼ਾਇਦ, ਤੇ ਫਿੰਗਰਪ੍ਰਿੰਟ ਕਰਾ ਕੇ ਦਿਓ। ਹੁਣ ਪ੍ਰੋਬਲਮ ਇਹ ਖੜੀ ਹੋ ਗਈ ਕਿ ਫਿੰਗਰਪ੍ਰਿੰਟ ਦੀ ਚਿੱਠੀ ਆ ਗਈ, ਫਿੰਗਰਪ੍ਰਿੰਟ ਤੁਸੀਂ 30 ਡੇਜ਼ ਵਿੱਚ ਕਰਾਉਣੀ ਹੈ। ਹੁਣ ਫਿੰਗਰਪ੍ਰਿੰਟ ਕੈਨੇਡਾ ਵਾਲੇ ਕਰਦੇ ਨਹੀਂ ਹੈ, ਤੁਹਾਨੂੰ ਅਗਰ ਫਿੰਗਰਪ੍ਰਿੰਟ ਕਰਨੀ ਹੈ ਤੇ ਤੁਹਾਨੂੰ ਬਾਹਰ ਜਾ ਕੇ ਅੰਬੈਸੀ ਜਾਣਾ ਪਏਗਾ, ਜਿਸ ਤਰ੍ਹਾਂ ਦਿੱਲੀ ਵਾਲਾ, ਜਿੱਥੇ ਨਾ ਹਰ ਜਗ੍ਹਾ ਅੰਬੈਸੀ। ਇਮੀਗ੍ਰੇਸ਼ਨ ਪਰਪਸ ਲਈ ਕਰਦੇ ਨਾ, ਤੇ ਉਹ ਉਸੇ ਵਕਤ ਉਹ ਮਤਲਬ ਜਿਸ ਤਰ੍ਹਾਂ ਤੁਸੀਂ, ਤੁਹਾਨੂੰ ਮੈਂ ਐਗਜ਼ਾਮਪਲ ਦੱਸਾਂ, ਜਿਸ ਦਾ VFS ਹੈ ਦਿੱਲੀ ਵਾਲੇ, ਜਦ ਤੁਸੀਂ ਉੱਥੇ ਐਪਲੀਕੇਸ਼ਨ ਜਮ੍ਹਾਂ ਕਰਦੇ ਹੋ, ਸਟੱਡੀ ਪਰਮਿਟ, ਵਰਕ ਪਰਮਿਟ ਕਿਸੇ ਦੀ ਵੀ, ਤਾਂ ਫਿਰ ਉਹ ਕਹਿੰਦੇ ਤੁਸੀਂ ਜਮ੍ਹਾਂ ਕਰੋ ਤੇ ਪਹਿਲਾਂ ਉਹ ਜਾ ਕੇ ਦੂਸਰੇ ਕੋਰਨਰ ਜਾ ਕੇ ਫਿੰਗਰਪ੍ਰਿੰਟ ਕਰੋ ਆਪਣੇ, $85 ਚਾਰਜ ਕਰਦੇ, ਉਸੇ ਵਕਤ ਉਹਨਾਂ ਨੂੰ ਆਈਡੈਂਟੀਫਿਕੇਸ਼ਨ ਹੋ ਜਾਂਦਾ ਕਿ ਵੀ ਇਹ ਪੁਰਾਣੀ ਕਹਾਣੀ ਜੋ ਵੀ ਕੁਛ ਹੈ। ਉਸ ਤਰ੍ਹਾਂ ਦਾ ਸਿਸਟਮ ਇਸ ਵਕਤ ਕੈਨੇਡਾ ਨਹੀਂ ਸ਼ੁਰੂ ਹੋਇਆ, ਜਿਹੜੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਕਰ ਰਹੇ ਨਾ ਉਹਨਾਂ ਨੂੰ ਨਹੀਂ, ਇਸ ਵਕਤ ਇਹ ਅਵੇਲੇਬਲ ਹੀ ਨਹੀਂ ਹੈ ਕਿ ਵੀ ਤੁਸੀਂ ਵਿਦ ਇਨ ਕੈਨੇਡਾ ਕਰੋ, ਯੂ ਹੈਵ ਟੂ ਲੀਵ ਕੈਨੇਡਾ ਐਂਡ ਗੋ ਟੂ ਲੈਟਸ ਸੇ US ਕਰ ਲਓ, ਉੱਥੇ ਜਾ ਕੇ ਕਰ ਸਕਦੇ ਹੋ। ਲੇਕਿਨ ਪ੍ਰੋਬਲਮ ਇਹ ਆ ਗਈ ਕਿ ਇਹ ਬੱਚਾ ਤੇ ਆਲਰੇਡੀ ਇਲੀਗਲ ਹੈ, ਅਗਰ ਇਹ ਕੈਨੇਡਾ ਛੱਡ ਗਿਆ ਤੇ ਦੁਬਾਰਾ ਮੁੜ ਕੇ ਆ ਨਹੀਂ ਸਕਦਾ। ਇਹਦੀ ਜਿਹੜੀ ਪ੍ਰੋਸੈਸਿੰਗ ਹੈ, ਜਿਹੜੀ ਸਪੋਂਸਰਸ਼ਿਪ ਐਪਲੀਕੇਸ਼ਨ ਹੈ, ਦੈਟ ਮੀਨਸ ਕਿ ਜਦ ਤੱਕ ਪੂਰੀ ਨਹੀਂ ਹੋਏਗੀ ਤਦ ਤੱਕ ਇਹਨੂੰ ਵੀਜ਼ਾ ਨਹੀਂ ਮਿਲਣਾ। ਇਸ ਐਪਲੀਕੇਸ਼ਨ ਨੂੰ ਹੋ ਸਕਦਾ ਕਿ ਸਾਲ ਲੱਗ ਜਾਏ, ਜ਼ਿਆਦਾ ਲੱਗ ਜਾਏ, ਦੈਟ ਮੀਨਸ ਕਿ ਹੁਣ ਬੱਚੇ ਨੂੰ ਬਾਹਰ ਰਿਮੂਵ ਕਰਕੇ ਨਾ ਉੱਥੇ ਜਾ ਕੇ ਜਿਸ ਕੰਟਰੀ ਆਇਆ ਉੱਥੇ ਜਾ ਕੇ ਉਹਨੂੰ ਵੇਟ ਕਰਨਾ ਪੈਣਾ, ਐਂਡ ਦੇਰ ਇਜ਼ ਨੋ ਗਾਰੰਟੀ ਕਿ ਵੀ ਇਹ ਐਪਲੀਕੇਸ਼ਨ ਸਕਸੈਸਫੁਲ ਕਦੀ ਵੀ ਸ਼ਾਇਦ ਨਾ ਹੋ। ਸੋ ਬੱਚਾ ਵੀ ਗਿਆ, ਫਿੰਗਰਪ੍ਰਿੰਟ ਤੇ ਹੋ ਗਿਆ, ਲੇਕਿਨ ਬੱਚੇ ਦਾ ਪਤਾ ਨਹੀਂ ਕਿ ਹੋਏਗਾ ਨਹੀਂ ਹੋਗਾ। ਹੁਣ ਦੱਸੋ ਇਹਦੀ ਕੀ ਹੈ ਸੋਲੂਸ਼ਨ ਕੀ ਹੈ? ਉਹ ਸਰ ਜੀ ਗੱਲ ਇਸ ਤਰ੍ਹਾਂ ਹੈ ਕਿ
ਕਈ ਵਾਰ ਲੋਕ ਮੈਨੂੰ ਪੁੱਛਦੇ ਕਿ ਵੀ ਤੁਸੀਂ ਕਰਦੇ ਕੀ ਹੋ ਤੁਸੀਂ ਉਹ ਮੈਨੂੰ ਕਈ ਵਾਰ ਨਾ ਲੋਕ ਹੁਣ ਵੀ ਕੋਈ ਟਾਈਪ ਕਰ ਰਿਹਾ ਕਿ ਮੇਰੀ ਵੀਜ਼ਾ ਫਾਈਲ ਲਾ ਦਿਓ ਜੀ ਤੁਸੀਂ ਇੰਡੀਆ ਤੋਂ ਕਿੰਨੇ ਚਾਰਜ ਲਓਗੇ ਮੈਂ ਲੋਕਾਂ ਨੂੰ ਦੱਸਿਆ ਹੋਇਆ ਕਿ ਮੈਂ ਫਰੈਸ਼ ਵੀਜ਼ਾ ਐਪਲੀਕੇਸ਼ਨ ਮੈਂ ਨਹੀਂ ਅਪਲਾਈ ਕਰਦਾ ਕਿਸੇ ਲਈ ਵੀ ਮੈਂ ਸਿਰਫ ਰਿਫਿਊਜ਼ਲ ਕੇਸ ਜਾਂ ਇਸ ਤਰ੍ਹਾਂ ਦੇ ਕੇਸਿਸ ਜਿਹਦੇ ਵਿੱਚ ਕਾਫੀ ਕੋਈ ਉਲਝਿਆ ਹੋਇਆ ਹੈ ਦਾਅ ਪੇਸ਼ ਹੈ ਜਿਹੜੇ ਕਾਨੂੰਨੀ ਹੈ ਉਹਨੂੰ ਮੈਂ ਟੈਕਲ ਕਰਦਾ ਬਾਕੀ ਹੋਰ ਮੇਰਾ ਕੋਈ ਇੰਟਰਸਟ ਨਹੀਂ ਇਮੀਗ੍ਰੇਸ਼ਨ ਲਾਅ ਦੀ ਡੂੰਘਿਆਈ ਤੱਕ ਜਾ ਕੇ ਰਿਸਰਚ ਕਰਕੇ ਉਹਨੂੰ ਅਗਰ ਚੈਲੇਂਜ ਅਗਰ ਹੋ ਸਕਦਾ ਹੈ ਤੇ ਮੈਂ ਉਹੀ ਮੈਂ ਕੇਸ ਲੈਂਦਾ ਅਦਰਵਾਈਜ਼ ਮੈਂ ਕੇਸ ਲੈਂਦਾ ਨਹੀਂ ਮੈਂ ਉਹਨੂੰ ਕਹਿੰਦਾ ਕਿ ਵੀ ਇਹ ਕੇਸ ਕੁਛ ਹੋ ਨਹੀਂ ਸਕਦਾ ਹੁਣ ਮੇਰੀ ਗੱਲ ਸੁਣੋ ਇਸ ਕੇਸ ਦਾ ਕੀ ਕਿੱਦਾਂ ਆਪਾਂ ਇਸ ਨੂੰ ਇਹਨੂੰ ਸੋਲਵ ਕਰਨਾ ਹੈ ਪਹਿਲੀ ਗੱਲ ਮੇਰੀ ਉਹਦੇ ਨਾਲ ਜਨਾਨੀ ਨਾਲ ਗੱਲ ਨਹੀਂ ਹੋਈ ਕਿਉਂਕਿ ਉਹ ਕਹਿੰਦੀ ਨਹੀਂ ਜੀ ਮੈਂ ਕੰਸਲਟੇਸ਼ਨ ਫੀਸ ਨਹੀਂ ਦੇਣੀ ਤੁਸੀਂ ਪੂਰਾ ਪੂਰਾ ਦੱਸੋ ਜੀ ਕਿੰਨੇ ਹਜ਼ਾਰ ਲਓਗੇ ਜੀ ਇੰਨੇ ਕਰ ਦੋਗੇ ਮੈਂ ਕਿਹਾ ਵੀ ਤੁਸੀਂ ਹਜ਼ਾਰਾਂ ਦੀ ਗੱਲ ਛੱਡੋ ਤੁਸੀਂ ਪਹਿਲਾਂ ਆਪਾਂ ਗੱਲ ਕਰੀਏ ਕਾਨੂੰਨ ਕੀ ਹੈ ਤੁਸੀਂ ਗਲਤੀ ਤੁਹਾਡੀ ਹੈ ਉਹਦੇ ਬਾਰੇ ਗੌਰ ਕਰੀਏ ਪਰ ਲੋਕਾਂ ਦਾ ਇਹ ਹੁੰਦਾ ਨਾ ਕਿ ਵੀ ਤੁਸੀਂ ਆ ਲਓ ਜੀ 10 ਰਾਤ ਚੈੱਕ ਪੜੋ ਜੀ ਮੇਰਾ ਕਰਕੇ ਦਿਓ ਜੀ ਵੀਜ਼ਾ ਲਾ ਕੇ ਦਿਓ ਇੱਦਾਂ ਲੋਕ ਸੋਚਦੇ ਕਿ ਜਿਸ ਤੱਕ ਮੇਰੇ ਕੋਲ ਵੀਜ਼ਾ ਮਸ਼ੀਨ ਹੈ ਜੀ ਵੀਜ਼ਾ ਮੈਂ ਦੇ ਦੇਣਾ ਪਰ ਉਸ ਚੀਜ਼ ਨੂੰ ਲਾਅ ਨੂੰ ਕਾਨੂੰਨ ਨੂੰ ਸਮਝਦੀ ਦੀ ਉਹ ਪੇਸ਼ੈਂਸ ਨਹੀਂ ਹੈ ਉਹਨਾਂ ਕੋਲ ਐਨੀਵੇ ਸਭ ਤੋਂ ਪਹਿਲੀ ਚੀਜ਼ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਨੇ ਵੀ ਐਪਲੀਕੇਸ਼ਨ ਸਟਾਰਟ ਕੀਤੀ ਹੈ ਕਿਸੇ ਲੋਇਰ ਤੋਂ ਸਟਾਰਟ ਕੀਤੀ ਹੈ ਉਹਨਾਂ ਨੇ ਸ਼ਾਇਦ ਉਸ ਲੋਇਰ ਨੂੰ ਕਹਿਣ ਨੂੰ ਮੇਰਾ ਕੋਈ ਝਿਜਕ ਨਹੀਂ ਹੈ ਕਿ ਉਸ ਲੋਇਰ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਨੌਲੇਜ ਨਹੀਂ ਹੈ ਜਦ ਬੱਚੇ ਨੂੰ ਆਪਾਂ ਸਪੋਂਸਰ ਕਰ ਰਹੇ ਹਾਂ ਬੱਚੇ ਦੀ ਸਪੋਂਸਰ ਇਜ਼ ਆਲਵੇਜ਼ ਆਊਟਸਾਈਡ ਬੱਚੇ ਦੀ ਸਪੋਂਸਰਸ਼ਿਪ ਕੈਨ ਨੈਵਰ ਬੀ ਟੇਕਨ ਇਨਸਾਈਡ ਜੋ ਵਿਦ ਇਨ ਕੈਨੇਡਾ ਆਪਾਂ ਫੈਮਿਲੀ ਸਪੋਂਸਰਸ਼ਿਪ ਕਰਦੇ ਹਾਂ ਉਹ ਸਿਰਫ ਇੱਕ ਸਪਾਊਸ ਨੂੰ ਅਵੇਲੇਬਲ ਹੈ ਬੱਚੇ ਨੂੰ ਨਹੀਂ ਹੈ ਬੱਚੇ ਨੂੰ ਬਿਲਕੁਲ ਵੀ ਨਹੀਂ ਹੈ ਬੱਚੇ ਦੀ ਭਾਵੇਂ ਉਹ ਸਪਾਊਸ ਦੇ ਨਾਲ ਉਹ ਫਿਰ ਵੀ ਨਹੀਂ ਹੈ ਉਹਦੀ ਪ੍ਰੋਸੈਸਿੰਗ ਹਮੇਸ਼ਾ ਆਊਟਸਾਈਡ ਹੋਏਗੀ ਲੇਕਿਨ ਜਿਨ੍ਹਾਂ ਨੇ ਵੀ ਐਪਲੀਕੇਸ਼ਨ ਸਟਾਰਟ ਕੀਤੀ ਹੈ ਸ਼ਾਇਦ ਉਹਨਾਂ ਨੂੰ ਨੌਲੇਜ ਨਹੀਂ ਹੈ ਗਲਤੀ ਕਰ ਬੈਠੇ ਆ ਦੱਸ ਨਹੀਂ ਰਹੇ ਸਮਥਿੰਗ ਵਟਐਵਰ ਉਹ ਐਪਲੀਕੇਸ਼ਨ ਦਾ ਜਿਹੜਾ ਫੈਸਲਾ ਹੈ ਹਮੇਸ਼ਾ ਹੀ ਬਾਹਰ ਹੋਏਗਾ ਜਦ ਉਹਨਾਂ ਨੂੰ ਨਹੀਂ ਪਤਾ ਜਾਂ ਪਤਾ ਵੀ ਲੱਗਿਆ ਤੇ ਜਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬੱਚੇ ਦਾ ਨਾਮ ਤੇ ਲਿਖ ਰਿਹਾ ਉਹ ਬੱਚੇ ਦਾ ਸਟੇਟਸ ਵੀ ਲਿਖਿਆ ਉਹਨਾਂ ਪਾਸਪੋਰਟ ਨੰਬਰ ਲਿਖਿਆ ਉਹਨਾਂ ਕਿੱਥੇ ਹੈ ਕੀ ਟਰੈਵਲ ਹਿਸਟਰੀ ਜਦ ਤੁਹਾਨੂੰ ਪਤਾ ਹੀ ਸੀ ਕਿ ਵੀ ਆਲਰੇਡੀ ਉਹ ਕੈਨੇਡਾ ਆਇਆ ਹੋਇਆ ਹੈ 5 ਸਾਲ ਤੋਂ ਅਗਰ ਉਹ ਅਨਡਾਕੂਮੈਂਟਡ ਹੈ ਇਲੀਗਲ ਹੈ ਤੁਹਾਨੂੰ ਐਪਲੀਕੇਸ਼ਨ ਲਾਉਣ ਦੀ ਲੋੜ ਹੀ ਨਹੀਂ ਸੀ ਪਹਿਲੀ ਗੱਲ ਕਲੀਅਰ ਹੋ ਗਈ ਸੰਗਤ ਉਹਨਾਂ ਨੂੰ ਲੋੜ ਨਹੀਂ ਸੀ ਦੂਸਰਾ ਚਲੋ ਜੋ ਹੋ ਗਿਆ ਹੋ ਗਿਆ ਪਰਮਾਨੈਂਟ ਕਰਾਉਣ ਲਈ ਉਹਨੂੰ ਇਹ ਕੈਨੇਡਾ ਛੱਡਣਾ ਹੀ ਪਏਗਾ ਮਤਲਬ ਉਹਦੇ ਬਾਹਰ ਜਾਣਾ ਪਏਗਾ ਉਹਨੂੰ ਨਹੀਂ ਆਪ ਜੇ ਆਪ PR ਹੋ ਗਏ ਤੇ ਆਪ ਲੈ ਕੇ ਜਾਓ ਉੱਥੇ ਰਹੋ ਜਾ ਕੇ ਕੁਛ ਕਰੋ ਪ੍ਰੋਬਲਮ ਇੱਕ ਦੂਸਰੀ ਵੀ ਹੈ ਕਿ ਹੁਣ ਅਗਰ 5 ਸਾਲ ਆਲਰੇਡੀ ਬੱਚਾ ਇਲੀਗਲ ਰਹਿ ਗਿਆ ਜੇ ਅਗਰ ਬਾਹਰ ਛੱਡ ਕੇ ਜਾਏਗਾ ਹੀ ਇਜ਼ ਆਲਰੇਡੀ ਇਨਐਡਮਿਸਿਬਲ ਵਾਇਲੇਸ਼ਨ ਹੋ ਗਿਆ ਓਵਰਸਟੇ ਕਰ ਗਿਆ ਅਗਰ ਜੇ PR ਦੇ ਕਾਗਜ਼ ਪੂਰੇ ਵੀ ਅਗਰ ਮੁਕੰਮਲ ਹੋ ਗਏ ਪੂਰੀ ਪ੍ਰੋਸੈਸਿੰਗ ਹੋ ਗਈ ਤੇ ਬੱਚੇ ਦੇ ਬੈਕਗ੍ਰਾਉਂਡ ਤੇ ਚਾਰਜ ਆਲਰੇਡੀ ਲੱਗਿਆ ਹੋਇਆ ਇਨਐਡਮਿਸਿਬਿਲਟੀ ਦਾ ਕਿਉਂਕਿ ਵਾਇਲੇਸ਼ਨ ਆਲਰੇਡੀ ਹੋ ਚੁੱਕਿਆ 5 ਈਅਰਸ ਯੂ ਵਿਲ ਬੀ ਓਵਰਸਟੇ ਅਗਰ ਜੇ ਬਾਈ ਚਾਂਸ ਬਾਇਓਮੈਟ੍ਰਿਕ ਵੀ ਠੀਕ ਲਿਆ ਸਭ ਕੁਛ ਠੀਕ ਹੈ ਮੈਡੀਕਲ ਪੁਲਿਸ ਸਭ ਕੁਛ ਠੀਕ ਹੈ ਐਂਡ ਨਾਓ ਵੀਜ਼ਾ ਆਫ ਸੇ ਆਲ ਵੇਟ ਅ ਮਿੰਟ ਯੂ ਆਰ ਓਵਰਸਟੇਡ ਇਨ ਕੈਨੇਡਾ ਵੀ ਕੈਨ ਨਾਟ ਗਿਵ ਯੂ ਦ ਵੀਜ਼ਾ ਹੁਣ ਤੁਸੀਂ ਕੰਟਰੀ ਛੱਡ ਕੇ ਵੀ ਚਲੇ ਗਏ ਫਿਰ ਵੀ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ ਦੂਸਰੀ ਪ੍ਰੋਬਲਮ ਤੀਸਰਾ ਇਹਦਾ ਇੱਕ ਟੈਕਲ ਕਰਨ ਦਾ ਇੱਕ ਤਰੀਕਾ ਸਿਰਫ ਇੰਨਾ ਹੀ ਹੈ ਕਿ ਟੈਂਪਰਰੀ ਰੈਜ਼ੀਡੈਂਟ ਪਰਮਿਟ ਅਪਲਾਈ ਕਰੇ ਜਿਹਨੂੰ ਕਹਿੰਦੇ ਆ TRP ਅਗਰ ਜਿਹਨਾਂ ਨੂੰ ਨਹੀਂ ਪਤਾ ਗੂਗਲ ਤੇ ਸਰਚ ਕਰ ਲਓ ਟਾਈਪ ਕਰ ਲਓ TRP ਜਾਂ ਟੈਂਪਰਰੀ ਰੈਜ਼ੀਡੈਂਟ ਪਰਮਿਟ ਥੋੜਾ ਜਿਹਾ ਕਲੀਅਰ ਹੋ ਜਾਏਗਾ ਵਟ ਇਜ਼ ਟੈਂਪਰਰੀ ਰੈਜ਼ੀਡੈਂਟ ਪਰਮਿਟ ਟੈਂਪਰਰੀ ਰੈਜ਼ੀਡੈਂਟ ਪਰਮਿਟ ਇਸੇ ਸਿਚੁਏਸ਼ਨ ਲਈ ਕਿ ਰਾਮਬਾਣ ਇੱਕ ਉਹ ਦਵਾ ਬਣੀ ਹੋਈ ਹੈ ਲੇਕਿਨ ਉਹਨਾਂ ਨੂੰ ਕੰਟਰੀ ਛੱਡਣਾ ਹੀ ਪਏਗਾ ਫਿਰ ਜਾ ਕੇ TRP ਅਪਲਾਈ ਕਰੇਗਾ TRP ਅਪਲਾਈ ਕਰਨ ਦੇ ਬਾਅਦ ਫਿਰ ਆ ਸਕਦਾ ਅਦਰਵਾਈਜ਼ ਉਹ ਆ ਨਹੀਂ ਸਕਦਾ ਇਨਐਡਮਿਸਿਬਿਲਟੀ ਨੂੰ ਕਾਬੂ ਕਰਨ ਲਈ TRP ਬਣੀ ਹੋਈ ਹੈ TRP ਦਾ ਮਤਲਬ ਹੈ ਕਿ ਤੁਸੀਂ ਇਨਐਡਮਿਸਿਬਲ ਹੋ ਅਸੀਂ ਤੁਹਾਨੂੰ ਟੈਂਪਰਰੀ ਰੈਜ਼ੀਡੈਂਟ ਪਰਮਿਟ 6 ਮਹੀਨੇ ਲਈ ਜਾਂ 1 ਸਾਲ ਲਈ ਦੇ ਰਹੇ ਦਿਸ ਇਜ਼ ਅ ਸਪੈਸ਼ਲ ਸਿਚੁਏਸ਼ਨ ਨਾਓ ਬਿਕੋਜ਼ ਦਿਸ ਇਜ਼ ਅ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਨਾਓ ਕਿ ਵੀ ਬੱਚੇ ਦਾ ਕੋਈ ਹੈ ਨਹੀਂ ਹੈ ਬੱਚਾ ਆਲਰੇਡੀ ਡਿਪੈਂਡੈਂਟ ਹੈ ਮਾਂ ਬਾਪ ਤੇ ਮਾਂ ਬਾਪ ਆਲਰੇਡੀ ਇੱਥੇ ਬੈਠੇ ਹੋਏ ਉਹਨਾਂ ਨੂੰ ਕੰਟਰੀ ਛੱਡਣਾ ਪਏਗਾ TRP ਅਪਲਾਈ ਕਰੇਗਾ ਫਿਰ TRP ਵੀ ਫਿਰ ਲੱਗਣੇ ਆ ਫਿੰਗਰਪ੍ਰਿੰਟ ਲੱਗਣੇ ਆ ਉਹ ਫਿੰਗਰਪ੍ਰਿੰਟ ਬਾਹਰ ਹੀ ਹੋਣਗੇ ਇੱਕ ਚੌਥਾ ਇੱਕ ਜ਼ਰੂਰ ਮੇਰੇ ਦਿਮਾਗ 'ਚ ਆਈਡੀਆ ਆਇਆ ਹੈ ਵੈਸੇ ਉਹਨੂੰ ਟਰਾਈ ਕੀਤਾ ਜਾ ਸਕਦਾ ਹੈ ਲੇਕਿਨ ਸਕਸੈਸ ਦਾ ਕੋਈ ਗਰੰਟੀ ਨਹੀਂ ਸਕਸੈਸ ਹੋਏਗਾ ਬਾਇਓਮੈਟ੍ਰਿਕ ਦਾ ਜਿਹੜਾ ਐਗਜ਼ੈਂਪਸ਼ਨ ਨਹੀਂ ਹੁੰਦਾ ਮਤਲਬ ਬਾਇਓਮੈਟ੍ਰਿਕ ਉਹਨਾਂ ਨੇ ਆਈਡੈਂਟੀਫਿਕੇਸ਼ਨ ਤੁਹਾਡੀ ਕਰਨੀ ਹੈ ਤੁਸੀਂ ਸਰਕਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ PR ਅਪਲਾਈ ਕਰਨਾ ਮੈਂ ਵਰਕ ਪਰਮਿਟ ਅਪਲਾਈ ਕਰਨਾ ਜੀ ਮੇਰੇ ਫਿੰਗਰਪ੍ਰਿੰਟ ਨਾ ਲਓ ਤੁਹਾਨੂੰ ਫਿੰਗਰਪ੍ਰਿੰਟ ਦੇਣਾ ਆਈਡੈਂਟੀਫਾਈ ਤੋਂ ਹਮੇਸ਼ਾ ਕਰਨਾ ਹੀ ਪੈਣਾ ਇੱਕ ਤਰੀਕਾ ਹੈ ਜ਼ਰੂਰ ਕਿ ਬਾਇਓਮੈਟ੍ਰਿਕ ਇੱਥੇ US ਬਾਰਡਰ ਤੇ ਵੀ ਕਰਦੇ ਹੁੰਦੇ ਆ ਜਿਹੜਾ ਕੈਨੇਡਾ ਬਾਰਡਰ ਹੈ ਜਿੱਦਾਂ ਤੁਸੀਂ ਐਂਟਰ ਕਰੋ ਜਿਹੜਾ ਕੈਲਗਰੀ ਬਾਰਡਰ ਹੈ ਜਾਂ ਵੈਨਕੂਵਰ ਬਾਰਡਰ ਤੁਸੀਂ ਐਂਟਰ ਕਰੋ ਅਗਰ ਤੁਹਾਡੀ ਐਪਲੀਕੇਸ਼ਨ ਅਗਰ ਉੱਥੇ ਅਗਰ ਪ੍ਰੋਸੈਸ ਹੋ ਸਕਦੀ ਹੈ ਤਾਂ ਫਿਰ ਉੱਥੇ ਵੀ ਲੈਂਦੇ ਆ ਲੇਕਿਨ ਸਾਡੀ ਐਪਲੀਕੇਸ਼ਨ ਉੱਥੇ ਪ੍ਰੋਸੈਸ ਨਹੀਂ ਹੋਣੀ ਕਿਉਂਕਿ ਸਾਡੀ ਐਪਲੀਕੇਸ਼ਨ PR ਦੀ ਹੈ
ਉਹ ਵੀ ਆਪਸ਼ਨ ਕੈਂਸਲ ਹੋ ਜਾਏਗਾ। ਕੁਛ ਸਰਵਿਸ ਕੈਨੇਡਾ ਦੇ ਦਫ਼ਤਰ ਹੈ, ਉਹ ਸਰਕਾਰ ਨੇ ਆਪਣੇ ਉਹਨਾਂ ਨੇ ਲਿਸਟ ਬਣਾਏ ਹੋਏ ਆ, ਕੁਛ ਸਰਵਿਸ ਕੈਨੇਡਾ ਦੇ ਦਫ਼ਤਰਾਂ ਵਿੱਚ ਬਾਇਓਮੈਟ੍ਰਿਕਸ ਲੈਂਦੇ ਆ, ਪਰ ਉਹ ਕਿਹੜੇ ਕਿਹੜੇ ਦਫ਼ਤਰ ਨੇ ਸਾਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਰਿਕੁਐਸਟ ਕਰਕੇ ਪਤਾ ਕਰਨਾ ਪਏਗਾ ਕਿ ਵੀ ਕਿਹੜਾ ਸਰਵਿਸ ਕੈਨੇਡਾ। ਆਈ ਬੈਟ ਐਨੀ ਵੇ ਇਨ ਕੈਨੇਡਾ ਦੇ ਵਿਲ ਗੋ ਇਨ ਕੈਮਨ, ਡਸ ਨਾਟ ਮੈਟਰ ਕਿ ਵੀ ਤੁਸੀਂ ਇੱਥੇ ਹੋ ਤੇ ਦੂਰ ਨਹੀਂ ਜਾ ਸਕਦੇ, ਯੂ ਫਾਈਂਡ ਆਊਟ ਐਨੀ ਸਰਵਿਸ ਕੈਨੇਡਾ, ਉੱਥੇ ਜਾ ਕੇ ਕਰੋਗੇ, ਹੋ ਸਕਦਾ ਕਿ ਉਸ ਚੀਜ਼ ਨੂੰ ਸ਼ੇਅਰ ਕਰਕੇ ਤੁਹਾਡੇ ਕੇਸ ਤੇ ਲੈ ਸਕਦੇ ਆ। ਹੋਰ ਇਹਦੇ ਇਲਾਵਾ ਕੋਈ ਹੋਰ ਮੈਜਿਕ ਸੋਲੂਸ਼ਨ ਨਹੀਂ, ਵਿਦਡਰਾਅ ਕਰਨੀ ਪੈਗੀ, ਵਿਆਹ ਕਰਾ ਲੇ ਕਰਾ ਲੇ, ਨੋ ਪ੍ਰੋਬਲਮ, ਲੇਕਿਨ ਫਿੰਗਰਪ੍ਰਿੰਟ ਫਿਰ ਵੀ ਲੱਗਣੇ ਆ। ਨਹੀਂ ਅਗਰ ਜੇ ਬਾਹਰ ਗਿਆ ਤੇ ਫਿਰ ਅੰਦਰ ਨਹੀਂ ਆ ਸਕਦਾ, ਬਾਹਰ ਉਹਨੀ ਜਦ ਜਦ ਤੱਕ ਐਪਲੀਕੇਸ਼ਨ ਮੁਕੰਮਲ ਨਹੀਂ ਹੁੰਦੀ ਫਿਰ ਅੰਦਰ ਨਹੀਂ ਆ ਸਕਦਾ, ਬਾਹਰ ਤੇ ਕੋਈ ਵੀ ਜਾ ਸਕਦਾ, ਫਿਰ ਅੰਦਰ ਆਉਣ ਲਈ ਫਿਰ ਪਰਮਿਸ਼ਨ ਚਾਹੀਦੀ ਹੈ। ਅੰਦਰ ਤੁਹਾਨੂੰ ਜਦ ਤੱਕ ਟੀਆਰਪੀ ਨਹੀਂ ਮਿਲੀ ਤੁਹਾਨੂੰ ਫਿਰ ਓਨ ਕਰਨੀ, ਤੇ ਮੈਰਿਜ ਦਾ ਆਪਸ਼ਨ ਮੇਰੇ ਖਿਆਲ, ਕਿਉਂਕਿ ਟੀਆਰਪੀ ਤੁਹਾਨੂੰ ਚਾਹੀਦੀ ਹੈ ਭਾਵੇਂ ਤੁਸੀਂ ਮੈਰਿਜ ਕਰਾਓ ਜਾਂ ਇਸੇ ਤੋਂ ਕੰਟੀਨਿਊ ਕਰੋ, ਤੁਹਾਨੂੰ ਟੀਆਰਪੀ ਚਾਹੀਦੀ ਹੈ। ਦੈਟਸ ਰਾਈਟ, ਜਿਹਨਾਂ ਨੂੰ ਜਿਹੜੀ ਮੇਰੀ ਗੱਲਬਾਤ ਸੁਣ ਰਹੇ, ਜਿਹਨਾਂ ਨੂੰ ਨਹੀਂ ਪਤਾ ਵਾਟ ਇਜ਼ ਟੀਆਰਪੀ, ਤੁਸੀਂ ਗੂਗਲ ਤੇ ਟਾਈਪ ਕਰ ਲਓ ਟੈਂਪਰਰੀ ਰੈਜ਼ੀਡੈਂਟ ਪਰਮਿਟ ਇਨ ਕੈਨੇਡਾ, ਤੁਹਾਨੂੰ ਐਪਲੀਕੇਸ਼ਨ ਦਾ ਸਾਰਾ ਉਹਦਾ ਵੇਰਵਾ ਮਿਲ ਜਾਏਗਾ ਕਿ ਵਾਟ ਇਜ਼ ਇਨ। That's right, oh, TRP kehnde ji rating meri chal rahi hai. Tuhanu main jande te ek ek aakhri TRP da tuhanu eh dasda, what is TRP? Conrad Black da naam suneya? Conrad Black itthon di citizen chhad gaye si, British citizen leke chale gaye si America, unhanu jail ho gayi si. That's right, and they took the UK citizen, but anyway, he was a prisoner, a convict, a felon in America, Florida. ਜਦ ਉਹਨਾਂ ਨੂੰ ਕੋਈ ਸਰਕਾਰ ਬਦਲੀ, ਜਦ ਇਹਨਾਂ ਦਾ ਮਾਹੌਲ ਬਦਲਾ, ਜਦ ਉਹਨਾਂ ਨੂੰ ਕਿਹਾ ਵੀ ਕੌਂਡਰੈਡ ਬਲੈਕ ਨੂੰ ਲੈਕਰ ਆਓ ਵਾਪਸ, TRP ਤੇ ਆਏ ਅੰਦਰ, ਕਿਉਂਕਿ ਹੀ ਵਾਜ਼ ਅ ਫੋਰਨ ਨੈਸ਼ਨਲ, ਹੀ ਵਾਜ਼ ਨਾਟ ਅ ਕੈਨੇਡੀਅਨ ਨੈਸ਼ਨਲ। TRP ਉਹ ਇੱਕ ਦਵਾ ਸੀ, ਜਿਹੜੀ ਦਵਾ ਦੇ ਬਾਰੇ ਆਪਾਂ ਗੱਲ ਕਰ ਰਹੇ, TRP ਲੈਕਰ ਉਹ ਅੰਦਰ ਆਏ। ਨਹੀਂ ਉਹ ਤਾਂ ਮੀਡੀਆ ਮੁਗਲ ਹੋਣਗੇ, ਭਾਵੇਂ ਉਹ ਉਸ ਤੋਂ ਵੀ ਜ਼ਿਆਦਾ ਮੁਗਲ ਹੋਣਗੇ, ਲੇਕਿਨ ਕਾਨੂੰਨ ਜਿਹੜਾ ਇਮੀਗ੍ਰੇਸ਼ਨ ਲਾਅ ਜਿਹੜਾ ਕਹਿ ਰਿਹਾ ਕਿ ਵੀ ਅਗਰ you are foreign national and you are already inadmissible because you are in jail, te tusi TRP, acha TRP inanu den di koi, ethe TRP hunda hai ek through the political decision, te minta ch TRP mil gayi te andar aa gaye. Haanji haanji, aakhri call lende Bahrain to, acha ji Bahrain te bhi program sun rahe hain, program sunne ja raha radio te. ਅੱਛਾ ਫੇਸਬੁੱਕ ਤੇ ਰਾਜ, ਹਾਂਜੀ ਦੱਸੋ ਜੀ, ਹੁਕਮ ਕਰੋ, ਬੋਲੋ ਬੋਲੋ। ਅੱਛਾ ਅੱਛਾ, ਚਲੋ ਆਪਾਂ ਇੱਕ ਦੋ ਮਿੰਟ ਹੋਰ ਵੇਟ ਕਰ ਲਈ, ਟਾਈਮ ਬਹੁਤ ਹੋ ਗਿਆ ਸਰ ਜੀ, 6 ਮਿੰਟ ਅੱਗੇ ਹੋ ਗਿਆ 9 ਵਜੇ ਤੋਂ। ਰਣਜੀਤ ਸਿੰਘ ਬਾਅਦ ਕਾਲ ਕਰਨਾ ਹੈ ਫੌਰੀ, ਦੇਖੇ ਸਵਾਲ ਕੀ। ਬਾਰੀਨ ਤੋਂ ਸ਼ਾਇਦ ਮੇਰੇ ਖਿਆਲ ਕਾਲ ਕੱਟ ਰਿਹਾ ਹੈ, ਸ਼ਾਇਦ ਉਹਦੀ ਲੌਂਗ ਡਿਸਟੈਂਸ ਬਿਕੋਜ਼ ਆਫ ਨੈਟਵਰਕ ਪ੍ਰੋਬਲਮ, ਦੇਖਦੇ ਹਾਂ। ਐਨੀਵੇ ਸਵਾਲ ਦੋਸਤੋ ਤੁਹਾਨੂੰ ਹੋਰ, ਮੇਰੇ ਖਿਆਲ ਜਸਟ ਰਿਪੀਟ ਕਰਦੇ ਹਾਂ, ਸ਼ਾਇਦ ਵਰਕ ਪਰਮਿਟ ਦੀ ਬਾਰੇ ਗੱਲ ਕਰ ਰਹੇ ਸੀ, ਦੇਖਦੇ ਹਾਂ ਕੀ ਪੂਰਾ ਕੁਐਸਚਨ ਹੈ। ਬੋਲੋ ਬੋਲੋ ਬੋਲੋ, ਦੁਬਾਰਾ ਕੱਟਣਾ, ਬੋਲੋ ਬੋਲੋ ਸਵਾਲ ਬੋਲੋ ਆਪਣਾ। ਸਰ ਜੀ ਸਵਾਲ ਤੁਹਾਡਾ ਬਹੁਤ ਵਧੀਆ, ਦੇਖੋ ਇਸ ਤਰ੍ਹਾਂ ਹੈ ਕਿ ਜਦ ਤੁਸੀਂ ਐਪਲੀਕੇਸ਼ਨ ਆਨਲਾਈਨ ਲਾਈ ਹੈ, ਆਪਣੇ ਵੱਲੋਂ ਲਾਈ ਹੈ ਕਿਸੇ ਲਾਰਡ ਨੇ ਲਾਈ ਹੈ? ਹਾਂ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਕਿ ਵੀ ਕਿੱਥੇ ਪ੍ਰੋਸੈਸਿੰਗ ਹੋਏਗੀ। ਇਟ ਇਜ਼ ਵੈਰੀ ਲਾਈਕਲੀ, ਅਗਰ ਬਹਿਰੀਨ ਤੁਹਾਡੀ ਪਰਮਨੈਂਟ ਰੈਸੀਡੈਂਸ ਹੈ, ਬਹਿਰੀਨ ਦਾ ਐਡਰੈਸ ਲਿਖਿਆ ਹੋਇਆ, ਜਿੱਥੇ ਵੀ ਉਹ ਕੈਨੇਡੀਅਨ ਐਮਬੈਸੀ ਹੈ ਤੁਹਾਡੇ ਏਰੀਆ ਚ, ਮੈਨੂੰ ਨਹੀਂ ਪਤਾ ਕਿ ਬਹਿਰੀਨ ਹੈ ਜਾਂ ਸਾਊਦੀ ਹੈ ਜਾਂ
या अबू धाबी है, जेड़ा भी तुहाडा एरिया है उत्थे कैनेडियन कौंसलेट, वह जरूर एक इट इज अ बेसिकली इनवेंटरी ऑफ सप्लाई मैनेजमेंट के बहुत एप्लीकेशन आ रही है, वीजा ऑफिसर खाली है, क्यू होंगे है, तो उत्थे भी पे सकते हैं। अगर जे जे अगर उन्हों को लोड बहुत है हो सकता कि इंडिया भी पे सकते हैं। सो इस बारे कोई असी प्रडिक्शन नहीं कर सकते कि भी असली जी प्रोसेसिंग किहड़ा ऑफिसर कितने बैठे करेगा, वी के नॉट प्रडिक्ट। इंडिया का टाइमिंग इस वक्त वर्क परमिट का मेरे ख्याल है कि शायद 5 या 6 हफ्ते है शायद। हाँ अच्छा 21 हफ्ते। ओ माय गॉड, दुबई जनता बहुत है ना, ऐसे लोगों ने अप्लाई किया होना बहुत, क्योंकि ये वीजा। हाँ अच्छा 8 वीक हो गए, 2 महीने हो गए, तो डेफिनेटली डेफिनेटली ये गलत साफ हो गई कि इंडिया तुहाडा केस नहीं है, इधर तो साफ ही हो गया। हाँ बाकी बाकी चलो इधर ये चलो तो क्लियर हो गया कि इंडिया वाले नहीं कर रहे, इतने मिडिल ईस्ट कोई कर रहा है, लेकिन तुसी मेरा थोड़ा सा दस सकते हो कि जॉब कदी है, किस चीज की जॉब है, की है बैकग्राउंड, वो दसोगे जरा। अच्छा ट्रकिंग जॉब, अच्छा ट्रकिंग ड्राइवर जॉब। हाँ ट्रकिंग LMIA वाला जॉब ना, वो थोड़ा सा सस्पिशियस, मेरे हिसाब से सस्पिशियस होंगे, वो जरा बैकग्राउंड चेक इन्वेस्टिगेशन ज्यादा होंगी है एज कंपेयर टू अदर वर्क परमिट। हाँ जी मेहरबानी जनाब, थैंक यू बाबा। फिर इतने ही करिए अज का प्रोग्राम समाप्त, बड़े वधिया इंटरेस्टिंग गल्लां बातां आईयां, बड़ी वधिया इंटरेस्टिंग, किन्नी किन्नी जानकारी लोग दे रहे हैं, कॉलर्स देखो जो पहले कॉलर से किन्ने ज्यादा नॉलेजबल, किन्ने एक्सपीरियंस है, सारी दुनिया का एक्सपीरियंस लेके दस रहे हैं कनाडा इमीग्रेशन की हो रहा है, ते उन्हें नॉलेज दी गलबात उन्हां दी सुन के मैनूं इदां लगदा कि पिंड जाके ये ना शुरू कर देने। नहीं नहीं कर सकते उन्हां नूं, आई थिंक आई हाईली वैल्यू। हां जी दोस्तों, तुसीं भी अगले हफ्ते फिर कॉल करके अपने क्वेश्चंस तैयार रखो, अगर कोई पेचीदा केस है, मेरा इंटरेस्ट सिर्फ कॉम्प्लेक्स केसेस विच होंदा है, नॉर्मल एप्लीकेशन तुसीं मैनूं कॉल करोगे, मेरी विजिटर वीजा ला दो, तो मैं तुहानूं कहांगा कि आई एम सॉरी मैं नहीं डील करदा इस चीज़ का। हाँ अगर तुहाडे एप्लीकेशन विच 2 बार 3 बार 4 बार, मैं पसंद करदा वो एप्लीकेशन देखना जिहदे विच 3-4 बार रिफ्यूज होया हो एटलीस्ट, तो उहदे उस एप्लीकेशन विच मैं कुछ कर सकदा तो मैनूं खुशी भी होएगी, तो मैनूं लगदा मेरा टाइम भी जस्टिफाइड होंदा। सो इस करके अगर इस तरह तुहाडी कोई सिचुएशन है तो जरूर कॉल करना अगले हफ्ते इसे टाइम नंबर, देश पंजाब रेडियो का फ्लैश हो रहा है 7804352762। तद तक लिए असी हुन तुहाडे तों अगे लैंदे आ। मैनूं तुहाडी ओह गल बड़ी वधिया लगी भी केस जिहड़े आ तुसीं कॉम्प्लिकेटेड जिहड़े आ। हां जी हां जी हां जी, ओह जिहड़ी इत्थे इक कहावत नहीं हैगी, व्हेन थिंग्स गेट टफ द टफ गेट्स द टफ गेट्स गोइंग, दैट्स राइट दैट्स राइट दैट्स राइट। ओह एक्चुअली इंडिया च ना महिंद्रा जी वाले लिखदे सी, पता नहीं अजकल इत्थे ही रहिंदे। हां नकल मार, आई डोंट नो व्हाट। सो आई रेड दिस फर्स्ट टाइम इन अबाउट 20 इयर्स अगो इन महिंद्रा जी एड्स। एक स्लोगन सी जिहड़ा मैं अपने दोस्त नूं भेजिया सी, उहदा होटल सी जी उत्थे लुधियाने, मैं वी यार इत्थे इस तरह बिजनेस लोग करदे ने, पर तुसीं वी अपने होटल दे जिहड़े एम्प्लॉई आ स्माइल करो, उहनां नूं आहा सुनेहा दिओ, और उहनां वधिया रख्या जी, इसे तरह ही चलदा रहा। और दूसरा सी इत्थे इक स्लोगन इह वी होया करदा सी कि वी नीड एजुकेटेड कस्टमर। अच्छा अजकल मैं स्लोगन देखिया जी, पुराना हो गया स्लोगन, पर हुण गल खत्म हो गई, हुण बच्चे भी आउणा चाहीदा जेब कट्टण दी फेस कर रहे उन्होंने बारे उन्होंने गल की। अगले बुधवार तक फिर रब रखा। चलो दोस्तों हुण समा हो गया खबरां दा, खबरां सुणदे आं।